ਇੱਥੇ ਕਿ ਨਾ ਉਹ ਲਾ ਦਈਏ ਲੈ ਫਿਰ ਆ ਗਏ ਹਾਂਜੀ ਕਿੱਦਾਂ ਬਲੇ ਤੇ ਕੀ ਹਾਲ ਚੱਲਿਆ ਸੁਮੇਤਾ ਸਾਰੇ ਚੜ੍ਹਦੀ ਗੱਲ ਜੋ ਕੇ ਹਾਂਜੀ ਹੋ ਗਈ ਸ਼ੁਰੂ ਹੁਣ ਆਪਣੀ ਗੱਲ ਚੱਲਦੀ ਆ ਕਿ ਅਸੀਂ ਖਾਣਾ ਪੀਣਾ ਕੀ ਆ ਖਾਣ ਲਈ ਕੀ ਲੈਣਾ ਸੋ ਆ ਜਾਓ ਜੇ ਤੁਸੀਂ ਵੀ ਖਾਣ ਪੀਣ ਦੇ ਥੋੜੇ ਜਿਹੇ ਹੈਗੇ ਆ ਕਿ ਸ਼ੌਕੀਨ ਆ ਤੇ ਆ ਜਾਓ ਫਿਰ ਦੱਸਦੇ ਆ ਤੁਹਾਨੂੰ ਇੰਗਲੈਂਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਹੈਗੀ ਆ ਭਾਜੀ ਤੁਸੀਂ ਮੈਨੂੰ ਕਹਿੰਦੇ ਸੀ ਨਰਾਲਾ ਵਾਲਿਆਂ ਦੇ ਸਮੋਸੇ ਹੈ ਨਾ ਆਪਾਂ ਕਹਿੰਦੇ ਸੀ ਕਿ ਇੱਕ ਸਨੈਕਸ ਦੇ ਵਿੱਚ ਤਾਂ ਜਿਵੇਂ ਹੁਣ ਨਰਾਲੇ ਦੇ ਸਮੋਸੇ ਹੋ ਗਏ ਪਕੌੜੇ ਹੋ ਗਏ ਹਾਂਜੀ ਮੈਨੂੰ ਐਕਚੁਅਲੀ ਨਾ ਗੁਲਾਬ ਜਾਮਣ ਬਹੁਤ ਪਸੰਦ ਆ ਅੱਛਾ ਗੁਲਾਬ ਜਾਮਣ ਮੈਨੂੰ ਬਹੁਤ ਪਸੰਦ ਆ ਇਹਨਾਂ ਦੇ ਹੁੰਦੇ ਆ ਕੋਕੋਨਟ ਜੀ ਲੱਗੀ ਹੁੰਦੀ ਹੈ ਉੱਪਰ ਗੁਲਾਬ ਜਾਮਣ ਉਹ ਵਾਲੇ ਬਾਕੀ ਕਈ ਸ਼ੌਪਸ ਆ ਅਲੱਗ ਅਲੱਗ ਵਰਾਇਟੀ ਆ ਉਹਨਾਂ ਦੇ ਪੂਰੀਆਂ ਛੋਲੇ ਕਿਸੇ ਦੇ ਕੁਛ ਮਿਲਦਾ ਕਿਸੇ ਦੇ ਕੁਛ ਮਿਲਦਾ ਬਟ ਜ਼ਿਆਦਾਤਰ ਆਪਾਂ ਸਮੋਸੇ ਖਾਈਦੇ ਆ ਪੰਜਾਬੀ ਸਮੋਸੇ ਭਰਾਵਾ ਇੱਧਰ ਜਿਹੜਾ ਢਿੱਡ ਵਧੀ ਜਾਂਦਾ ਇਹਦਾ ਕੀ ਕਰੀਏ ਹਨਾ ਤੇ ਇਸ ਕਰਕੇ ਫਿਰ ਮੈਂ ਥੋੜਾ ਜਿਹਾ ਬਚ ਰਿਹਾ ਆ ਸਮੋਸਿਆਂ ਤੋਂ ਤੇ ਉਹਦੇ ਤੋਂ ਵੈਸੇ ਭਾਜੀ ਤੁਸੀਂ ਵੈਜੀਟੇਰੀਅਨ ਹੈ ਕਿ ਨਾਨ ਵੈਜੀਟੇਰੀਅਨ ਹੈ ਮੈਂ ਓਕੇ ਓਕੇ ਲੋਕਟੇਰੀਅਨ ਹਾਂ ਲੋਕਟੇਰੀਅਨ ਹਾਂ ਮੈਂ ਆਪਾਂ ਹਨਾ ਮੈਂ ਪਿਓਰ ਨਾਨ ਵੈਜੀਟੇਰੀਅਨ ਹਾਂ ਚਿਕਨ ਚਿਕਨ ਵੀ ਜਿੱਦਾਂ ਤੰਦੂਰੀ ਟਾਈਪ ਕੇਐਫਸੀ ਚਿਕਨ ਹਾਂ ਕਾਈਂਡ ਆਫ ਫਰਾਈਡ ਫਰਾਈਡ ਜ਼ਿਆਦਾ ਅੱਛਾ 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 ਮੂੰਹ 'ਚ ਪਾਣੀ ਕਿਹਦੇ ਕਿਹਦੇ ਆ ਗਿਆ ਫੂਡ ਦੀਆਂ ਗੱਲਾਂ ਕਰ ਕਰਕੇ ਮੂੰਹ 'ਚ ਪਾਣੀ ਮੇਰੇ ਆ ਗਿਆ ਹੁਣ ਆਪਾਂ ਇਦਾਂ ਕਰਦੇ ਆ ਹੁਣ ਅਸੀਂ ਚੱਲਦੇ ਆ ਸ਼ਾਪ ਤੇ ਤੇ ਫਿਰ ਦੇਖਦੇ ਆ ਕਿੱਦਾਂ ਹੁੰਦੀ ਆ ਤੇ ਚਲੋ ਫਿਰ ਆਓ ਚੱਲਦੇ ਆ ਫੂਡ ਵਾਲੀ ਸ਼ਾਪ ਤੇ ਲੋ ਵੀ ਦੋਸਤੋ ਸਾਡੀ ਕਿਸਮਤ ਦੇ ਵਿੱਚ ਅੱਜ ਫਿਸ਼ ਲਿਖੀ ਹੋਈ ਆ ਇਦਾਂ ਇਦਾਂ ਕਰਦੀ ਸੀ ਹੋਈ ਆ ਉਹ ਐਕ ਮੈਨੂੰ ਉਹਨਾਂ ਨੇ ਫੜ ਕੇ ਕੰਡੇ ਦੇ ਨਾਲ ਲੈ ਆਂਦੀ ਐਸ ਸ਼ਾਪ ਦੇ ਉੱਤੇ ਠੀਕ ਆ ਇਹ ਸ਼ਾਪ ਦੇ ਉੱਤੇ ਲਿਆਂਦੀ ਆ ਹੁਣ ਇਹਦਾ ਬਟਾਂਗਾ ਕਰਦੇ ਆ ਅਸੀਂ ਤੇ ਜਾ ਕੇ ਆਰਡਰ ਕਰਦੇ ਆ ਪਤਾ ਕਰਦੇ ਆ ਕੀ ਹਿਸਾਬ ਕਿਤਾਬ ਆ ਫਿਸ਼ ਦਾ ਚਲੀਏ ਫਿਰ ਭਾਈ ਅੱਛਾ ਬਈ ਇਦਾਂ ਹੋਈ ਆ ਮੈਂ ਦੱਸ ਦਾਂ ਮੈਨੂੰ ਵੀ ਨਹੀਂ ਪਤਾ ਵੀ ਇੱਥੇ ਫਿਸ਼ ਐਂਡ ਚਿਪਸ ਦੀ ਸ਼ੌਪ ਹੈ ਕਿ ਨਹੀਂ ਆਪਾਂ ਹੈਗੇ ਆ ਆਪਾਂ ਸਾਡੀ ਸਮੈਲ ਸੈਂਸ ਤੇਜ਼ ਹੈ ਅਸੀਂ ਝਟ ਲੱਭ ਲਈਦੀ ਆ ਮੈਨੂੰ ਨਹੀਂ ਜਿੱਦਾਂ ਦਾਰੂ ਵਾਲੇ ਨੂੰ ਪਤਾ ਹੁੰਦਾ ਨਾ ਠੇਕਾ ਕਿੱਥੇ ਆ ਇਦਾਂ ਸਾਨੂੰ ਪਤਾ ਹੁੰਦਾ ਖਾਣ ਵਾਲੀ ਸ਼ੌਪ ਕਿੱਥੇ ਆ ਸੋ ਇਹਨਾਂ ਨੇ ਗੂਗਲ ਤੇ ਸਰਚ ਮਾਰਿਆ ਇਹਦੇ ਰਿਵਿਊਜ਼ ਵਧੀਆ ਸੀ ਹਾਂਜੀ ਦੋ ਜੀ ਤੇ ਸ਼ੌਪ ਵਧੀਆ ਸੀਗੀ ਠੀਕ ਆ ਤੇ ਸ਼ੌਪ ਦਾ ਆ ਹੈਗਾ ਆ ਮੂੰਹ ਸਹਿਰ ਤੇ ਜਿਹੜਾ ਖਾਣੇ ਦਾ ਮੂੰਹ ਸਹਿਰ ਆ ਉਹ ਸਾਨੂੰ ਹੁਣ ਥੋੜਾ ਜਿਹਾ ਪਤਾ ਲੱਗ ਗਿਆ ਨਾ ਆਰਡਰ ਕਰ ਦਿੱਤਾ ਉਹ ਕਹਿੰਦੀ ਐਗਜ਼ੈਕਟਲੀ 12 ਮਿੰਟਸ ਹਨਾ 12 ਮਿੰਟ ਲੱਗਣੇ ਆ ਤੇ ਕਹਿੰਦੀ ਆ ਕੇ ਤੁਸੀਂ ਦੇਖ ਲਿਓ ਤੇ ਹੁਣ ਆਪਾਂ ਇਦਾਂ ਕਰਦੇ ਆ ਗੱਡੀ 'ਚ ਬਹਿ ਕੇ ਸੁਣਦੇ ਆ ਸਿੱਧੂ ਮੂਸੇ ਵਾਲਾ ਯੋ ਯੋ ਕਰਦੇ ਆ ਤੇ ਬਾਅਦ 'ਚ ਤੁਹਾਨੂੰ ਮਿਲਦੇ ਆ ਫੂਡ ਆ ਜਾਣਾ ਕੋਈ ਨਹੀਂ ਤੇ ਅਸੀਂ ਲਿਆ ਕੀ ਆ ਤੇ ਇੱਕ ਤਾਂ ਆ ਲਿਆ ਪ੍ਰਿੰਗਲਸ ਹਨਾ ਤੇ ਇੱਕ ਲਈ ਆ ਅਸੀਂ ਨਹੀਂ ਦੱਸਣਾ ਯਾਰ ਹਲੇ ਵੇਟ ਕਰੋ ਥੋੜਾ ਸਰਪ੍ਰਾਈਜ਼ ਭਾਜੀ ਆ ਦੇਖੋ ਹਨਾ ਇੱਕ ਹੋਰ ਗੱਲ ਮੈਂ ਆ ਹੁਣ ਆਪਣੀਆਂ ਆ ਕੀ ਕਹਿੰਦੇ ਬਾਰਬਰ ਸਲੂਨ ਕੁੜੀਆਂ ਦੀਆਂ ਸਲੂਨ ਹੁੰਦੀਆਂ ਮੈਨੂੰ ਤਾਂ ਆਪਣੀਆਂ ਬਾਰਬਰ ਸ਼ਾਪਾਂ ਹੁੰਦੀਆਂ ਤੇ ਆ ਦੇਖੋ ਵੀ ਇੱਥੇ ਵੀ ਹਨਾ ਲਿਖਿਆ ਆ ਅਪਾਇੰਟਮੈਂਟਸ ਨਾਟ ਆਲਵੇਸ ਨੈਸੈਸਰੀ ਮਤਲਬ ਵੀ ਗਾਹਕ ਹੋਣਾ ਚਾਹੀਦਾ ਨੈਸੈਸਰੀ ਨਹੀਂ ਹੈਗਾ ਹਨਾ ਸੋ ਨਹੀਂ ਹੋਰ ਗੱਲ ਆਪਾਂ ਗਏ ਆ ਉਹ ਸੁਪਰਮਾਰਕਟ ਠੀਕ ਹੈ ਹਾਂਜੀ ਹੁਣ ਇਹ ਹੈਗਾ ਥੋੜਾ ਜਿਹਾ ਦੇਸੀ ਨਹੀਂ ਹੈਗਾ ਥੋੜਾ ਜਿਹਾ ਗੋਰਾ ਜਿਹਾ ਬਟ ਉਹ ਵੀ ਸੁਪਰਮਾਰਕਟ 'ਚ ਆਪਣਾ ਪੰਜਾਬੀ ਬੰਦਾ ਹੈ ਕੰਮ ਹਾਂ ਤੇ ਮੈਂ ਤੁਹਾਨੂੰ ਦੱਸਾਂ ਮੈਂ ਪ੍ਰਿੰਗਲ ਉੱਥੋਂ ਲਿਆਂਦੇ ਆਪਾਂ ਤੇ ਮੈਂ ਉਹਨੂੰ ਪੁੱਛ ਲਿਆ ਬੰਦੇ ਨੂੰ ਮੈਂ ਕਿਹਾ ਬਈ ਬ੍ਰਦਰ ਆ ਸ਼ਾਪ ਦੇ ਰਿਵਿਊ ਕਿੱਦਾਂ ਦੇ ਆ ਕਿਉਂਕਿ ਵਿਚਾਲੇ ਤਾਂ ਦੋ ਹੀ ਸ਼ਾਪਾਂ ਆ ਨਾ ਤੀਜੀ ਸ਼ਾਪ ਫਿਸ਼ ਐਂਡ ਚਿਪਸ ਦੀ ਆ ਤੇ ਆਪਾਂ ਇਹਨਾਂ ਨੂੰ ਜਦੋਂ ਪੁੱਛਿਆ ਉਹ ਭਾਜੀ ਕਹਿੰਦੇ ਕਿ ਹਾਂ ਫਿਸ਼ ਜਿੱਦਾਂ ਗੋਟਿਆ ਜਿੱਦਾਂ ਬਾਲਾ ਹੀ ਕੱਬਾ ਸੁਹਾ ਹੋਇਆ ਜਿੱਦਾਂ ਫਿਸ਼ ਕਹਿੰਦੇ ਚੱਕ ਵੀ ਜੀ ਆ ਤੇ ਡਾਂਸ ਵੀ ਕਰਦੀ ਆ ਕੋੜਿਆ ਜਿੱਦਾਂ ਕੋੜਿਆ ਤੇ ਜਿੱਦਾਂ ਗੋੜਿਆ ਹਨਾ ਤੇ ਹੁਣ ਆਪਾਂ ਤੁਹਾਨੂੰ ਦੱਸੀ ਜਾਂਦੇ ਆ ਹਿੰਟ ਜੇ ਦੇਈ ਜਾਂਦੇ ਆ ਆਪਾਂ ਪਹਾਣੀ ਦਿਖਾਉਣੀ ਆ ਆਪਾਂ ਲਾਸਟ ਤੇ ਕਿ ਕੀ ਆ ਉਹ ਭਾਜੀ ਜਿਹੜੀ ਦੇਖ ਕੇ ਬੋਲਦਾ ਨਾ 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 ਦੱਸਣ ਦੀ ਗੱਲ ਹੋਰ ਹੁੰਦੀ ਆ ਦਿਖਾਉਣ ਦੀ ਗੱਲ ਹੁੰਦੀ ਐਦਾਂ ਤਾਂ ਬਹੁਤ ਬੰਦੇ ਕਹਿ ਦਿੰਦੇ ਆਪਕੋ ਪਤਾ ਹੀ ਹੈ ਨਾ ਇਹ ਨਹੀਂ ਗੱਲ ਹੁੰਦੀ ਆ ਦਿਖਾਉਣ ਦੀ ਜੀ ਸੋ ਉਹ ਆਪਾਂ ਹੁਣ ਖਾਂਦੇ ਆ ਟੇਸਟ ਕਰਾਂਗੇ ਰਿਵਿਊ ਦੇਵਾਂਗੇ ਸੋ ਵੈਸੇ ਚਿਕਨ ਚੁਕਨ ਵੀ ਹੈਗਾ ਸੀ ਰੋਸਟਡ ਚਿਕਨ ਸਾਰਾ ਕੁਝ ਹੀ ਹੈਗਾ ਆ ਹੁਣ ਕੱਲ ਨੂੰ ਆਪਾਂ ਫੇਰ ਲੰਘਣਾ ਹੀ ਆ ਇੱਥੋਂ ਚਲੋ ਫੇਰ ਲੈ ਲਵਾਂਗੇ ਹੁਣ ਤਾਂ ਸਾਡਾ ਰਾਹ ਇੱਧਰ ਦੀ ਘੁੰਮ ਕੇ ਹੋ ਜਾਇਆ ਕਰਨਾ ਤੇ ਉਹ ਤਾਂ ਬੰਦੇ ਦਾ ਨੰਬਰ ਪਲੇਟ ਵੀ ਪੰਜਾਬੀ ਆ ਨਾ ਆਹ ਦੇ ਸੰਘਾ ਹੋਣੀ ਆ ਆਹ ਦੇ ਕਿੱਧਰ ਨੂੰ ਚੜੀ ਜਾਂਦਾ ਹੈ ਇਹ ਪਤਾ ਇਹਨੂੰ ਵੀ ਉਹ ਮਿਲ ਗਿਆ ਫੂਡ ਅਸੀਂ ਹੁਣ ਚੱਲੇ ਆ ਘਰ ਜਾ ਕੇ ਖਾਣੇ ਆ ਆਹ ਬੰਦੇ ਨੇ ਪਤਾ ਨਹੀਂ ਕੀ ਬੰਦੇ ਨੇ ਨਹੀਂ ਕਿਸੇ ਜਾਨਵਰ ਨੇ ਕੀਤਾ ਉਤੋਂ ਠੀਕ ਆ ਤੇ ਫੂਡ ਲੈ ਕੇ
ਬੈਠੀ ਹੈ ਗੱਡੀ 'ਚ ਠੰਡ ਆ ਭਰਾਵਾ ਘਰ ਜਾ ਕੇ ਖੋਲ ਕੇ ਦੇਖਦੇ ਹਾਂ ਕੀ ਕੀ ਹੈਗਾ ਆ ਇੱਧਰ ਜਨਾਬ ਜੀ ਬੈਠੇ ਆਪਣੇ ਥੋੜਾ ਛੇਤੀ ਲੈ ਚੱਲੋ ਯਾਰ ਭੁੱਖ ਲੱਗੀ ਆ ਤੇ ਜਿਹੜਾ ਫੂਡ ਆ ਠੰਡਾ ਹੋਈ ਜਾਂਦਾ ਬਾਜੀ ਪਹੁੰਚ ਗਏ ਟ੍ਰੈਫਿਕ ਬਹੁਤ ਆ ਬਹੁਤ ਜ਼ਿਆਦਾ ਟ੍ਰੈਫਿਕ इधर तुड़का तुड़का लगता है सब्जी का काम चल रहा है भाजी ने फटाफट कड़छी फड़ ली आके मैं बहुत काम करता है कड़छी घुमानी पैंदी है ना मैं ना पाजी नूं सवेरे एक गल पुछदा सी सब्जी बन रही है जी केड़ी बन रही है पनीर बहुत मेहनत करी दी है काम थोड़ा ठंडा हो गया नहीं नहीं ठीक ही है पर हुण आपां ठंडा करिए ना वीडियो च वा ना ते आ हैगे आ भई चिप्स चिप्स दे थल्ले लकोती आ फिश भई दिसे ना ठीक है ते जिहड़े इहदे रिव्यू आ ਉਹ ਅਸੀਂ ਤੁਹਾਨੂੰ ਬਾਅਦ ਚ ਦਿੰਨੇ ਆ ਪਹਿਲਾਂ ਖਾ ਪੀ ਲਈਏ ਤੇ ਖਾਣ ਪੀਣ ਦੇ ਮਾਮਲੇ ਚ ਇਦਾਂ ਹੁੰਦਾ ਕਿ ਆ ਜਿਹੜੇ ਵੈਜੀਟੇਰੀਅਨ ਬੰਦੇ ਆ ਉਹਨਾਂ ਦੇ ਲਈ ਹੈਗੇ ਆ ਚਿਪਸ ਤੇ 버ਗਰ ਆ ਤੇ ਹੁਣ ਆ ਕਰੀ ਸੌਸ ਆ ਠੀਕ ਆ ਲੈ ਖਾਊਗਾ ਤੇ ਮੈਂ ਤੁਹਾਨੂੰ ਦੱਸ ਦਿੱਤਾ ਆ ਪਰ ਹੁਣ ਬਾਕੀ ਸਵਾਦ ਖਾਣ ਤੋਂ ਬਾਅਦ ਚ ਅੱਛਾ रूबी कैन का नंबर वधिया पाजी माड़ा देखो सही है मैं तुहानू दसदा नंबर इहदे ठीक ठाक ही आ अच्छा जिदा मुड़ के ना जाने वाला काम ही है मतलब बस वन टाइम जाए वन टाइम वाला गो वाला ही है जे तुहानू भुख लगी है उत्थे पार्किंग फ्री है मूहरे हना 10 मिनट रोक सकदे आ तां लै के खा लो ते जे तुसी सोचदे आ दो चार वारी खाना जां किदां ओह कम नो नो जिदा मैं जदों हना बर्मिंगम किते आऊंगे भाजी इन्हां नू उत्थे चिप्स खिलावांगे ते फिश खिलावांगे फिर भाजी दे नंबर अपने आप निकलणगे इदां की फायदा पुछ के हना फिर करदे आ गल्लां बातां चंगा यार थैंक यू थोड़ा वीडियो देखने लिए।